ਦੇਖੋ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਗੱਠਜੋੜ ਐਲਾਨਤਾ। ਉਹ ਆਮ ਆਦਮੀ ਪਾਰਟੀ ਜਿਹਦਾ ਜਨਮ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਹੋਇਆ, ਉਹ ਅੰਦੋਲਨ ਜਿਹੜਾ ਕਾਂਗਰਸ ਦੇ UPA ਸਰਕਾਰ ਦੇ ਗਾਂਧੀ ਪਰਿਵਾਰ ਦੇ ਘੁਟਾਲਿਆਂ ਦੇ ਖਿਲਾਫ ਸੀ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਪ੍ਰਚਾਰਿਆ ਕਿ 2017 ਤੋਂ 2022 ਕਾਂਗਰਸ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੇ ਵੱਡੇ ਘੁਟਾਲੇ ਕੀਤੇ। ਰਾਜਨੀਤੀ ਕੋਈ ਮੈਥਮੈਟਿਕਸ ਨਹੀਂ, ਇਹ ਤਾਂ ਕੈਮੀਕਲ ਫਾਰਮੇਸ਼ਨ ਹੈ ਤੇ ਇਹ ਜਿਹੜੇ ਦੋਨੋਂ ਖਤਰਨਾਕ ਕੈਮੀਕਲ ਹੁਣ ਇਕੱਠੇ ਹੋਏ ਨੇ, ਇਹਨਾਂ 'ਚੋਂ ਅੱਗ ਹੀ ਨਿਕਲਣੀ ਹੈ ਤੇ ਉਹਦਾ ਸੇਕ ਹੁਣ ਪੰਜਾਬ ਨੂੰ ਲੱਗਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਕਾਫੀ ਘਮਾਸਾਨ ਦੇਖਣ ਨੂੰ ਮਿਲ ਰਿਹਾ ਸੀਗਾ ਅਤੇ ਹੁਣ ਇਹ ਤੈਅ ਕਰਨਾ ਔਖਾ ਹੋ ਗਿਆ ਸੀ ਮੇਅਰ ਕੌਣ ਬਣੇਗਾ। ਪਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋ ਗਿਆ, ਜਿਹਦੇ ਚੱਲ ਕੇ ਹੁਣ ਤੈਅ ਹੋ ਗਿਆ ਗੱਠਜੋੜ ਨੂੰ ਲੈ ਕੇ ਹੁਣ ਮੇਅਰ ਕੌਣ ਹੈ। ਆਪ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋ ਗਿਆ ਹੈ ਕਾਫੀ ਸਮੇਂ ਤੋਂ। ਆਪ ਕਾਂਗਰਸ ਵਿਚਾਲੇ ਕੌਮੀ ਚੋਣਾਂ ਲੜਨ ਦੀ ਸੀਟਾਂ ਦੀ ਵੰਡ ਸੰਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀਗੀਆਂ। ਹੁਣ ਇਸ ਸੰਬੰਧੀ ਗੱਠਜੋੜ ਦੀ ਸ਼ੁਰੂਆਤ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਤੋਂ ਹੋਈ ਹੈ। ਕਾਂਗਰਸ ਨੇ ਆਪ ਦੇ ਮੇਅਰ ਨੂੰ ਸਮਰਥਨ ਦੇ ਦਿੱਤਾ। 18 ਜਨਵਰੀ ਨੂੰ ਹੋਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣਾਂ ਕਾਂਗਰਸ ਅਤੇ ਆਪ ਸਾਂਝੇ ਤੌਰ 'ਤੇ ਲੜਨਗੀਆਂ। ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ, ਜਦੋਂ ਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਅਤੇ ਚੋਣ ਲੜੇਗੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲ ਵੋਟ ਪਾਉਣਗੇ। ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਗੱਠਜੋੜ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਸੱਤਾ 'ਚ ਨਹੀਂ ਸੀ ਆਮ ਆਦਮੀ ਪਾਰਟੀ ਤਾਂ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਉਂਦੀ ਸੀ, ਅਤੇ ਕਾਂਗਰਸ ਜਦੋਂ ਸੱਤਾ 'ਚੋਂ ਚਲੀ ਗਈ ਬਾਹਰ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਅਤੇ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ, ਤਾਂ ਕਾਂਗਰਸ ਵੱਲੋਂ ਕੋਈ ਸਵਾਲ ਚੱਕੇ ਗਏ ਨੇ। ਉਹਨਾਂ ਹੋਰ ਕੀ ਕੁਛ ਕਿਹਾ ਤੁਹਾਨੂੰ ਸੁਣਾਉਂਦੇ ਹਾਂ। ਦੇਖੋ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਗੱਠਜੋੜ ਐਲਾਨਤਾ। ਉਹ ਆਮ ਆਦਮੀ ਪਾਰਟੀ ਜਿਹਦਾ ਜਨਮ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਹੋਇਆ, ਉਹ ਅੰਦੋਲਨ ਜਿਹੜਾ ਕਾਂਗਰਸ ਦੇ UPA ਸਰਕਾਰ ਦੇ ਗਾਂਧੀ ਪਰਿਵਾਰ ਦੇ ਘੁਟਾਲਿਆਂ ਦੇ ਖਿਲਾਫ ਸੀ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਪ੍ਰਚਾਰਿਆ ਕਿ 2017 ਤੋਂ 2022 ਕਾਂਗਰਸ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਵੱਡੇ ਘੁਟਾਲੇ ਕੀਤੇ ਔਰ ਇਹ ਕਹਿ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਬਾਅਦ ਦੇ ਵਿੱਚ ਕਈ ਕਾਂਗਰਸ ਦੇ ਲੀਡਰਾਂ ਨੂੰ ਫੜ ਕੇ ਅੰਦਰ ਵੀ ਸੁੱਟਿਆ ਅਤੇ ਕਾਂਗਰਸ ਵੀ ਲਗਾਤਾਰ ਕਹਿੰਦੀ ਰਹੀ ਕਿ ਜੀ ਆਮ ਆਦਮੀ ਪਾਰਟੀ, ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਜ਼ਿਆਦਤੀ ਕਰ ਰਹੇ ਨੇ। ਅਤੇ ਹੁਣ ਕੁਰਸੀ ਪਿੱਛੇ ਇਹ ਦੋਨੇ ਪਾਰਟੀਆਂ ਇੱਕ ਪਲੈਟਫਾਰਮ 'ਤੇ ਇਕੱਠੇ ਆ ਗਈਆਂ ਨੇ। ਹਾਲਾਂਕਿ ਸੁਭਾਵਿਕ ਸੀ, ਦਿੱਲੀ ਦੇ ਵਿੱਚ ਲਗਾਤਾਰ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਭਗਵੰਤ ਮਾਨ ਸਾਹਿਬ ਮੀਟਿੰਗਾਂ ਦਾ ਦੌਰ ਜਾਰੀ ਸੀ ਅਤੇ ਅੱਜ ਪੰਜਾਬ ਦਾ ਤਾਜ ਚੰਡੀਗੜ੍ਹ, ਉੱਥੇ ਗੱਠਜੋੜ ਐਲਾਨਤਾ ਅਤੇ ਹੁਣ ਅਗਲਾ ਪੜਾਓ ਇਹਨਾਂ ਦਾ ਪੰਜਾਬ ਦੇ ਵਿੱਚ ਗੱਠਜੋੜ ਦਾ। ਪਰ ਇਹ ਰਾਜਨੀਤੀ ਹੈ, ਰਾਜਨੀਤੀ ਕੋਈ ਮੈਥਮੈਟਿਕਸ ਨਹੀਂ, ਇਹ ਤਾਂ ਕੈਮੀਕਲ ਫਾਰਮੇਸ਼ਨ ਹੈ ਅਤੇ ਇਹ ਜਿਹੜੇ ਦੋਨੋਂ ਖਤਰਨਾਕ ਕੈਮੀਕਲ ਹੁਣ ਇਕੱਠੇ ਹੋਏ ਨੇ, ਇਹਨਾਂ 'ਚੋਂ ਅੱਗ ਹੀ ਨਿਕਲਣੀ ਹੈ ਅਤੇ ਉਹਦਾ ਸੇਕ ਹੁਣ ਪੰਜਾਬ ਨੂੰ ਲੱਗਣਾ। ਮੈਂ ਸਿੱਧਾ ਸਪਸ਼ਟ ਸਵਾਲ ਕਰਦਾ ਕਿ ਕੀ ਹੁਣ ਪੰਜਾਬ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਰਹਿ ਗਈ ਹੈ? ਬਾਜਵਾ ਸਾਹਿਬ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣੇ ਅਹੁਦਾ ਛੱਡ ਕੇ ਹੁਣ ਪੰਜਾਬ ਦੀ ਸਰਕਾਰ 'ਚ, ਭਗਵੰਤ ਮਾਨ ਸਾਹਿਬ ਦੀ ਸਰਕਾਰ 'ਚ ਮੰਤਰੀ ਦਾ ਅਹੁਦਾ ਲੈ ਲੈਣਾ ਚਾਹੀਦਾ, ਨਾਲ ਹੀ ਜਿਹੜੇ ਹੋਰ ਕੋਈ MLA ਮੰਤਰੀ ਬਣਨਾ ਚਾਹੁੰਦੇ ਨੇ, ਕਿਉਂਕਿ ਹੁਣ ਸਾਂਝੀ ਸਰਕਾਰ ਹੈ ਅਤੇ ਹੁਣ ਲੇਖਾ ਜੋਖਾ 2017 ਤੋਂ 2027 ਤੱਕ ਦਾ ਲੋਕਾਂ ਨੇ ਕਰਨਾ, ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਗੱਠਜੋੜ ਹੀ ਨਹੀਂ ਕਰ ਰਹੇ, ਇਹ ਇੱਕ ਕਿਸਮ ਦਾ ਮਰਜਰ ਹੈ। ਪਹਿਲਾਂ ਲੁਕ ਛਿਪ ਕੇ ਚੋਣਾਂ ਲੜਦੇ ਸੀ, ਅੰਦਰੋਂ ਇਕੱਠੇ ਸੀ, ਹੁਣ ਇਹਨਾਂ ਨੇ ਆਪਣਾ ਗੱਠਜੋੜ ਐਲਾਨ ਹੀ ਦਿੱਤਾ। ਸੋ ਜਿਹੜਾ ਇੱਕ ਗੁਪਤ ਸਮਝੌਤਾ ਸੀ,
ਉਹ ਹੁਣ ਲੋਕਾਂ ਦੇ ਸਾਹਮਣੇ ਲਿਆ ਕੇ ਇਹਨਾਂ ਨੇ ਰੱਖ। ਸੋ ਜਿਵੇਂ ਤੁਸੀਂ ਸੁਣਿਆ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ, ਉਹਨਾਂ ਕਿਹਾ ਕਿ ਹੁਣ ਅਗਲਾ ਗੱਠਜੋੜ ਉਹ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਅਤੇ ਦੋ ਕੈਮੀਕਲ ਆਪਸ ਦੇ ਵਿੱਚ ਇਕੱਠੇ ਹੋ ਗਏ ਨੇ ਅਤੇ ਇਹਦਾ ਸੇਕ ਆ ਉਹ ਪੰਜਾਬ ਨੂੰ ਲੱਗੇਗਾ। ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਆਪਣਾ ਕੀ ਪ੍ਰਤੀਕਰਨ ਸਾਹਮਣੇ ਰੱਖਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।